ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਗੁਰਾਇਆਂ ਦੇ ਵਾਰਡ ਨੰਬਰ 4, 5, 6, 7, 8 ਅਤੇ 9 ਦੇ 327 ਲਾਭਪਾਤਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਕਣਕ ਦੀ ਵੰਡ ਕੀਤੀ ਗਈ। ਇਹ ਕਣਕ ਲਾਭਪਾਤਰੀਆਂ ਨੂੰ ਗੁਰਾਇਆਂ ਦਾਣਾ ਮੰਡੀ ਵਿਖੇ ਦਿੱਤੀ ਗਈ, ਜਿਸ ਦੀ ਸ਼ੁਰੂਆਤ ਕਾਂਗਰਸ ਦੇ ਸ਼ਹਿਰੀ ਉਪ ਪ੍ਰਧਾਨ ਸੰਜੇ ਅਟਵਾਲ, ਬਲਾਕ ਰੁੜਕਾ ਕਲਾਂ ਦੇ ਪ੍ਰਧਾਨ ਰਾਕੇਸ਼ ਡੁੱਗਲ ਅਤੇ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਆਪਣੇ ਸੰਬੋਧਨ ਵਿੱਚ ਬੁਲਾਰਿਆਂ ਨੇ ਜਿੱਥੇ ਪੰਜਾਬ ਸਰਕਾਰ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ, ਉੱਥੇ ਹੀ ਉਹਨਾਂ ਨੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਦੇ ਉਦਮ ਸਦਕਾ ਇਹ ਕਣਕ ਲਾਭਪਾਤਰੀਆਂ ਤੱਕ ਪਹੁੰਚੀ ਹੈ। ਇਸ ਮੌਕੇ ਵਾਰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਚੌਧਰੀ ਸੰਤੋਖ ਸਿੰਘ ਤੇ ਸੰਜੇ ਅਟਵਾਲ ਦਾ ਧੰਨਵਾਦ ਕੀਤਾ। ਅੱਜ ਗੁਰਾਇਆਂ ਦੇ ਵਿੱਚ ਵਾਰਡ ਨੰਬਰ 4, 5, 6, 7, 8, 9 ਦੇ ਆਟਾ ਦਾਲ ਸਕੀਮ ਦੇ ਤਹਿਤ ਅੱਜ ਕਣਕ ਵੰਡਣ ਦਾ ਕੰਮ ਜਿਹੜਾ ਸ਼ੁਰੂ ਕੀਤਾ ਗਿਆ। ਇਹ ਜਿਹੜੀ ਸਕੀਮ ਹੈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ। 2012 ਦੇ ਵਿੱਚ ਜਦੋਂ ਸੈਂਟਰ ਦੇ ਵਿੱਚ ਸਰਦਾਰ ਮਨਮੋਹਨ ਸਿੰਘ ਦੀ, ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਬਣੀ ਸੀ, ਉਸ ਸਮੇਂ ਇਸ ਨੂੰ ਇੱਕ ਕਾਨੂੰਨ ਦਾ ਰੂਪ ਦਿੱਤਾ ਗਿਆ ਸੀ। ਉਸ ਕਾਨੂੰਨ ਨੂੰ ਮੰਨਦੇ ਹੋਏ ਪੰਜਾਬ ਸਰਕਾਰ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਔਰ ਚੌਧਰੀ ਸੰਤੋਖ ਸਿੰਘ ਔਰ ਚੌਧਰੀ ਬਿਕਰਮਜੀਤ ਸਿੰਘ ਦੀ ਦੇਖ ਰੇਖ ਹੈ ਕਿ ਪੂਰੀ ਬਖੂਬੀ ਬਖੂਬੀ ਦੇ ਨਾਲ ਇਹ ਕੰਮ ਚੱਲ ਰਿਹਾ ਹੈ ਔਰ ਜਿਹਦੇ ਰਿਜ਼ਰਵ ਕਰਦੇ ਨੇ ਕੈਂਡੀਡੇਟ ਉਹਨਾਂ ਨੂੰ ਕਣਕ ਵੰਡੀ ਜਾ ਰਹੀ ਹੈ। ਅੱਜ ਇਸ ਵਾਰਡ ਦੇ ਵਿੱਚ 330 ਕੁਇੰਟਲ ਜਿਹੜੀ ਕਣਕ ਜਿਹੜੀ ਵੰਡੀ ਗਈ ਹੈ ਔਰ 327 ਕਾਰਡ ਜਿਹੜੇ ਹੈਗੇ ਆ ਲਾਭਪਾਤਰੀ ਜਿਹੜਾ ਅੱਜ ਇਹਦਾ ਲਾਭ ਪ੍ਰਾਪਤ ਕਰਨਗੇ। ਔਰ ਇਸ ਕਣਕ ਵੰਡਣ ਦੇ ਸਮਾਰੋਹ ਦੇ ਵਿੱਚ ਸਾਡੇ ਸੰਜੇ ਅਟਵਾਲ ਜੀ ਜਿਹੜੇ ਕਿ ਮੂਹਰੇ ਹੋ ਕੇ ਪੂਰੀ ਤਰ੍ਹਾਂ ਇਹ ਕੰਮ ਕਰ ਰਹੇ ਹਨ। ਇਹਨਾਂ ਦੀ ਦੇਖ ਰੇਖ ਦੇ ਵਿੱਚ ਹੀ ਇਹਨਾਂ ਵਾਰਡਾਂ ਦੇ ਵਿੱਚ ਅੱਜ ਜਿਹੜੀ ਕਣਕ ਵੰਡੀ ਜਾ ਰਹੀ ਹੈ। ਮੈਂ ਪੰਜਾਬ ਸਰਕਾਰ ਦਾ ਔਰ ਸੰਜੇ ਅਟਵਾਲ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਬੜੀ ਆਪਣੀ ਸੂਝਬੂਝ ਦੇ ਨਾਲ ਜਿਹੜੇ ਡਿਜ਼ਰਵ ਕਰਦੇ ਆ ਲੋਕ ਉਹਨਾਂ ਦੇ ਲਈ ਇਹ ਜਿਹੜੀ ਇਹ ਸੇਵਾ ਸ਼ੁਰੂ ਕੀਤੀ ਹੈ। ਬਹੁਤ ਬਹੁਤ ਧੰਨਵਾਦ। ਅਸੀਂ ਆਪਣੇ 7 ਨੰਬਰ ਵਾਰਡ ਦੇ ਅੰਜੂ ਅਟਵਾਲ ਕੌਂਸਲਰ ਸੰਜੇ ਅਟਵਾਲ ਦੇ ਬਹੁਤ ਧੰਨਵਾਦ ਆ। ਉਹਨਾਂ ਨੇ ਸਾਨੂੰ ਗਰੀਬਾਂ ਬਾਰੇ ਸੋਚਿਆ ਹੈ, ਸਾਰਿਆਂ ਨੂੰ ਕਣਕ ਮਿਲਦੀ ਹੈ, ਰਾਸ਼ਨ ਮਿਲਦਾ ਹੈ, ਹਰ ਤਰ੍ਹਾਂ ਦੀ ਸਹੂਲਤ ਮਿਲਦੀ ਹੈ। ਅਸੀਂ ਬਹੁਤ ਖੁਸ਼ ਹਾਂ। ਪਰਚੀਆਂ ਲੈਣ ਦੇ ਵਿੱਚ ਜਾਂ ਕਣਕ ਲੈਣ 'ਚ ਕੋਈ ਸਮੱਸਿਆ ਨਹੀਂ, ਸਾਨੂੰ ਕੋਈ ਸਮੱਸਿਆ ਨਹੀਂ ਹੈ। ਬਹੁਤ ਖੁਸ਼ ਹਾਂ ਅਸੀਂ।